ਗੋਟ ਫਾਰਮਰਾਂ ਮਾਤੇ ਜਿਹੜੇ ਬੱਕਰੀਆਂ ਦਾ ਹਾਰ ਸ਼ਿੰਗਾਰ ਬੜੇ ਸ਼ੌਕ ਦੇ ਨਾਲ ਕਰਦੇ ਨੇ ਔਰ ਗਾਨੀਆਂ ਬੜੇ ਹੀ ਪਿਆਰ ਦੇ ਨਾਲ ਆਪਣੀਆਂ ਬੱਕਰੀਆਂ ਦੇ ਗਾਲੇ ਚ ਪਾਉਂਦੇ ਨੇ ਉਹਨਾਂ ਮਾਤੇ ਖਸੂਸੀ ਤੌਰ ਤੇ ਵੀਡੀਓ ਲੈ ਕੇ ਆਇਆ ਬਰਾਏ ਮਿਹਰਬਾਨੇ ਜਿਹੜੇ ਨਵੇਂ ਦੋਸਤ ਆਏ ਨੇ ਮੇਰਾ ਚੈਨਲ ਵੇਖ ਰਹੇ ਨੇ ਉਹਨਾਂ ਕੇ ਮੇਰੀ ਰਿਕਵੈਸਟ ਏ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਇਕ ਸ਼ੇਅਰ ਵੀ ਕਰ ਲਿਆ ਜੇ ਤਾਂ ਕਿ ਵੀਡੀਓ ਬਣਾਉਣ ਦਾ ਮਕਸਦ ਤੁਹਾਨੂੰ ਸਮਝ ਲੱਗ ਸਕੇ ਵੀਡੀਓ ਮੁਕੰਮਲ ਵੇਖਣੀ ਹੈ ਦੋਸਤਾਂ ਗੇ ਗੁਜ਼ਾਰਿਸ਼ ਹੈ ਅੱਜ ਮੈਂ ਉਸ ਬੰਦੇ ਕੋਲੇ ਹਾਜ਼ਰ ਹੋਇਆ ਜਿਹਦਾ ਆਲ ਪਾਕਿਸਤਾਨ ਦੇ ਵਿੱਚ ਕੀ ਬਲਕੇ ਪੂਰੀ ਦੁਨੀਆ ਦੇ ਵਿੱਚ ਗਾਨੀਆਂ ਬਣਾਉਣ ਦੇ ਨਾਂ ਦੇ ਵਿੱਚ ਬੜਾ ਮਸ਼ਹੂਰ ਏ ਬੜੀਆਂ ਹੀ ਪਿਆਰੀਆਂ ਗਾਨੀਆਂ ਅੱਜ ਤੱਕ ਪਾਕਿਸਤਾਨ ਦੇ ਵਿੱਚ ਇਸ ਅੰਦਾਜ਼ ਦੀ ਗਾਨੀ ਨਾਲ ਕੋਈ ਬਣਾ ਸਕਿਆ ਤੇ ਨਾ ਹੀ ਕਿਸੇ ਬਣਾਉਣੀਆਂ ਆਉਣ ਵਾਲੇ ਵਕਤ ਚ ਆਉਣ ਵਾਲੇ ਵਕਤ ਦਾ ਬੰਦਾ ਰ ਪਤਾ ਨਹੀਂ ਕੋਈ ਅੱਛਾ ਵੀ ਬੰਦਾ ਆ ਸਕਦਾ ਲੇਕਿਨ ਹਾਲ ਦੇ ਕੜੀ ਗਾਨੀਆਂ ਬਣਾਉਣ ਦੇ ਜਿਹੜੇ ਕਿੰਗ ਨੇ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਵਾ ਰਿਆਂ ਇਹਨਾਂ ਦਾ ਜਨਾਬ ਮੁਹੰਮਦ ਅਲੀ ਲਿਆਕਤ ਸਾਹਿਬ ਮੁਹੰਮਦ ਲਿਆਕਤ ਸਾਹਿਬ ਉਰਫ ਦਿੱਤੂ ਦੇ ਨਾਮ ਤੋਂ ਮਸ਼ਹੂਰ ਨੇ ਗਾਨੀਆਂ ਦੇ ਵਿੱਚ ਖਰੀਆਂ ਸ਼ਹਿਰ ਜਿਚ ਰਹਿਣ ਵਾਲੇ ਨੇ ਇਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਨੇ ਆ ਗੁਫ਼ਤਗੋਈਆਂ ਨਾਲ ਕਰਨੇ ਆ ਤੁਸੀਂ ਮੇਰੇ ਨਾਲ ਰੱਖਣ ਰਹਿਣਾ ਹੈ ਵੀਡੀਓ ਮੁਕੰਮਲ ਵੇਖਣੀ ਬਰਾ ਮਿਹਰਬਾਨੀ ਹੋ ਸਕੇ ਅਸਲਾਮੁਅਲੈਕੁਮ ਜੀ ਵਾਲੇਕੁਮ ਸਲਾਮ ਲਾਲਾ ਜੀ ਕੀ ਨਾਂ ਹੈ ਤੁਹਾਡਾ ਲਿਆਕਤ ਅਲੀ ਲਿਆਕਤ ਅਲੀ ਸਾਹਿਬ ਇੱਕ ਵਾਰੀ ਬੱਕਰੀਆਂ ਵਾਲਿਆਂ ਨੂੰ ਔਰ ਨਵੇਂ ਕਿਸਾਨ ਭਰਾਵਾਂ ਨੂੰ ਫਾਰਮਰਾਂ ਨੂੰ ਬੱਕਰੀਆਂ ਵਾਲਿਆਂ ਨੂੰ ਆਪਣਾ ਇਲਾਕੇ ਦਾ ਤਾਰਫ ਕਰਾ ਛਡੋ ਜਰਾ ਜੀ ਮੇਰਾ ਲਿਆਕਤ ਅਲੀ ਨਾਂ ਤੇ ਸਤਾਰਪੁਰੇ ਘਾਰ ਨੇ ਖਾਰੀਆਂ ਖਾਰੀਆਂ ਸਤਾਰਪੁਰੇ ਘਾਰ ਨੇ ਜੀ ਆ ਗਿਆ ਹਾਂ ਜੀ ਇਹ ਮੈਨੂੰ ਦੱਸੋ ਕਿ ਗਾਨੀਆਂ ਦਾ ਕੰਮ ਕਰਦੇ ਆ ਤੁਹਾਨੂੰ ਕਿੰਨੀ ਦੇਰ ਹੋ ਗਈ ਹੈ ਮੈਨੂੰ 40 ਕਿ ਸਾਲ ਹੋ ਗਏ ਨੇ ਗਾਨੀ 40 ਸਾਲ ਹੋ ਗਏ ਨੇ ਗਾਨੀਆਂ ਦਾ ਕੰਮ ਕਰਦੇ ਆ ਜੀ ਗਾਨੇ ਹਰ ਕਿਸਮ ਦੇ ਤੁਸੀਂ ਬਣਾ ਲੈਂਦੇ ਹੋ ਜੀ ਬਣਾ ਲੈਂਦੇ ਆ ਉਹ ਜੜੀਆਂ ਬਣੀਆਂ ਜਗਾਨੀਆਂ ਵਿਖਾਓ ਹਾਂ ਮਾਸ਼ਾਅੱਲਾ ਲੋ ਜੀ ਇਹ ਗਾਨੀਆਂ ਜਨਾਬ ਇਹਨਾਂ ਦੇ ਥਾਨੀਆਂ ਬਣੀਆਂ ਨੇ ਮਾਸ਼ਾਅੱਲਾ ਆ ਗਾਨੀਆਂ ਬਣਾਉਂਦੇ ਆ ਤੁਹਾਨੂੰ ਵਿਖਾ ਵੀ ਰਹੇ ਆ ਇਹ ਵੀ ਗਾਨੀ ਮੈਂ ਬਣਾਈ ਠੀਕ ਹੈ ਇਹ ਵੀ ਗਾਨੀ ਤੁਸੀਂ ਬਣਾਈਏ ਮਾਸ਼ਾਅੱਲਾ ਮਾਸ਼ਾਅੱੱਲਾ ਮਾਸ਼ਾਅੱਲਾ ਜੀ ਬਹੁਤ ਪਿਆਰੀ ਗਾਨੀ ਹੈ ਤੁਹਾਡੀ ਉਹ ਗਾਨੀ ਮੈਂ ਬਣਾਈ ਜੀ ਅੱਛਾ ਲਾਲਾ ਦਿੱਤੂ ਸਾਹਿਬ ਤੁਸੀਂ ਮੈਨੂੰ ਇਹ ਗੱਲ ਦੱਸੋ ਗਾਨੀਆਂ ਬਣਾਉਣ ਦਾ ਸ਼ੌਕ ਤੁਹਾਨੂੰ ਕਿਸ ਤਰ੍ਹਾਂ ਪਿਆ ਔਰ ਕਿਹੜੀ ਉਮਰ ਚ ਤੁਸੀਂ ਸ਼ੁਰੂ ਕਿ ਸ਼ੁਰੂ ਕੀਤੀ ਹਨ ਗਾਨੀਆਂ ਮੈਂ 18-19 ਸਾਲ ਦਾ ਤੇ ਜਾਇ ਸੀ ਜੀ ਜੀ ਕਿੱਦਾਂ ਕੋ ਜਾਇ ਸੀ ਜੇ ਗਾਨੀਆਂ ਇੱਥੇ ਖਾਰੀਆਂ ਗਫੂਰ ਚਾੜ ਬੱਕਰੀਆਂ ਵਾਲਾ ਹੁੰਦਾ ਸੀ ਉਹਦੇ ਕੋ ਸਿੱਖ ਲਈ ਠੀਕ ਹੈ ਛੋਟੀ ਉਮਰ ਚ ਆਇ ਸੀ ਛੋਟੀ ਉਮਰ ਚ ਕਿਸ ਤਰ੍ਹਾਂ ਸ਼ੌਕ ਪਿਆ ਤੁਹਾਨੂੰ ਬਸ ਇਸ ਤਰ੍ਹਾਂ ਤੱਕਿਆ ਉਹ ਵੀ ਬਣਾਉਣ ਲੱਗਿਆ ਤੇ ਮੈਂ ਵੀ ਤੱਕ ਕੇ ਸ਼ੁਰੂ ਹੋ ਗਿਆ ਬਣਾਉਣ ਠੀਕ ਹੈ ਜੀ ਤੇ ਗਾਨੀਆਂ ਦਾ ਮਜ਼ੀਦ ਕਿਸੇ ਬੰਦੇ ਨਾਲ ਆਈ ਤੜੀ ਤੁਹਾਡਾ ਜੋੜ ਵੀ ਪਿਆ ਮੇਰੇ ਨਾਲ ਕੋ ਰਲਦਾ ਹੀ ਨਹੀਂ ਰਲਦਾ ਹੀ ਨਹੀਂ ਮੇਰੇ ਨਾਲ ਬਰਾਬਰ ਹੀ ਨਹੀਂ ਕੋਈ ਆਉਂਦਾ ਕੋਈ ਬੰਦਾ ਬਰਾਬਰ ਨਹੀਂ ਆਉਂਦਾ ਮੇਰਾ ਮਸ਼ਾਕ ਮੁਕਾਬਲਾ ਕਰ ਲਈਦਾ ਤੇਰੇ ਚਾਰ ਗਾਨੀਆਂ ਦਾ ਮਾਲ ਉਹ ਲੈ ਲੈ ਚਾਰ ਦਾ ਮੈ ਲੈ ਲੈਣਾ ਜਿਹੜਾ ਵੱਧ ਜੇ ਕੋਈ ਬੰਦੇ ਕਹਿੰਦੇ ਨੇ ਸਾਡੇ ਕੋ ਅੱਠ ਦਿਨਾਂ ਚ ਇੱਕ ਗਾਨੀ ਬਣਦੀ ਏ ਉਹ ਪਿਆ ਆਈਆ ਵੀ ਇੱਕ ਗਾਨੀ ਬੜੀ ਓਕੀ ਹਾਰ ਬੰਦੇ ਕੋ ਬਣਦੀ ਏ ਮੈਂ ਤੇ ਆੜੀ ਚਾਰ ਚਾਰ ਬਣਾ ਸਕਦਾ ਠੀਕ ਹੈ ਯਾਨੀ ਕਿ ਤੁਸੀਂ ਦਿਹਾੜੀ ਚ 4-5 ਗਾਨੀਆਂ ਬੰਦਨ ਬਣਾ ਦੋ। ਮੈਂ 10-10 ਵੀ ਬਣਾ ਦਸਣਾ ਮੇਰਾ ਦਿਲ ਉਹ ਵਿੱਚ ਤੇ ਗਾਨੀਆਂ ਸਾਰੀਆਂ ਬੇਹਤਰੀਨ ਬਣਨ। ਮੈਂ ਕਹਣਾ ਇੱਕ ਦੂਜੇ ਦੀ ਵੱਧਤੀ ਵੱਧ ਗਾਨੀਆਂ ਹੋਵੇ ਜੀ ਮੇਰੀ। ਵੈਰੀ ਗੁੱਡ ਵੈਰੀ ਗੁੱਡ। ਮੇਰੇ ਦੀ ਵੱਧ ਗਾਨੀ ਕਿਸੇ ਇੱਕ ਬਣਾਣੀ ਵੀ ਨਹੀਂ। ਜੀ। ਜੀ। ਗੁਜਰਾਤ ਸ਼ਹਿਰ ਦੇ ਮੁxtਲਫ ਅਜੜਾ ਦੇ ਵਿੱਚ ਗਿਆ ਵਾਂ, ਮੁxtਲਫ ਫਾਰਮਰਾਂ ਦੇ ਕੋਲੇ ਗਿਆ ਵਾਂ। ਆਹ। ਹਰ ਬੰਦੇ ਦੀਆਂ ਬੱਕਰੀਆਂ ਦੇ ਗਾਲੇ ਤੁਹਾਡੀਆਂ ਗਾਨੀਆਂ ਨੇ ਹਾਂਜੀ ਬਿਲਕੁਲ ਕੋਈ ਬੰਦਾ ਹੋਰ ਸਾਹਮਣੇ ਨਹੀਂ ਆਇਆ ਇਹਦੀ ਕੋਈ ਖਾਸ وجہ ਦੱਸੋ ਹਾਂ ਜਰਾ ਕੋਈ ਜੁਰਤ ਨਹੀਂ ਪੰਦੀ ਕਿਸੇ ਦੀ ਮੇਰੇ ਬਰਾਬਰ ਆਉਣ ਦੀ ਯਾਨੀ ਕਿ ਗਾਨੀ ਇਤਨੀ ਪਿਆਰੀ ਬਣਾਉਂਦੇ ਹੋ ਇੰਨੀ ਪਿਆਰੀ ਬਣਾ ਸਕਦਾ ਰਾਤ ਹੋਵੇ ਦਿਨ ਹੋਵੇ ਠੀਕ ਹੈ ਆਹ ਢਾਣੀ ਤੱਕ ਨਹੀਂ ਆਉਣ ਬੱਕਰੀਆਂ ਬੜ ਕੇ ਜੀ ਜੀ ਬਿਲਕੁਲ ਤੱਕੀ ਕਿੱਸੀਆਂ ਗਾਨੀਆਂ ਵਧੀਆ ਜੀ ਮੈਂ 2 ਘੰਟੇ ਦਾ ਟਾਈਮ ਚ ਬਣਾਈਆਂ ਨੇ 2 ਘੰਟੇ ਦਾ ਟਾਈਮ ਬਣਾ ਬੱਲੇ 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 ਕੀ ਬਾਤ ਹੈ ਕੀ ਬਾਤ ਜਨਾਬ ਆ ਗਾਨੀ ਜ਼ਰਾ ਨਾਜ਼ਰੀਨ ਨੂੰ ਵਿਖਾਓ ਮਾਸ਼ਾਅੱਲਾ 9 ਵਜੇ ਤੱਕ ਕੋ। ਲੋ ਜਨਾਬ ਨਾਜ਼ਰੀਨ ਆ ਵੇਖ ਸਕਦੇ ਹੋ ਤੁਸੀਂ ਗਾਨੀ ਦੇ ਕੋਗੂ ਕਿਸ ਤਰ੍ਹਾਂ ਇਹਨਾਂ ਨੇ ਜੋੜ ਕੇ ਪਿਆਰ ਮੁਹੱਬਤ ਦੇ ਨਾਲ ਲਾਏ ਨੇ। ਆਪਣੀਆਂ ਅੱਖਾਂ ਦੇ ਸਾਹਮਣੇ ਤੁਸੀਂ ਵੇਖਾਦਾ ਕਰ ਸਕਦੇ ਹੋ ਅਜ ਦੀਆਂ ਇਹਨਾਂ ਦਾ ਚੈਲੰਜ ਕਿਸੇ ਬੰਦੇ ਦੀ ਵੀ ਗਾਨੀ ਅਜ ਦੀ ਹੋਵੇ ਜਾਂ ਕੋਈ ਬਣਾਏ ਤੇ ਬਰਾਏ ਮਿਹਰਬਾਨੀ ਕਹਿੰਦੇ ਨੇ ਮੈਨੂੰ ਜ਼ਰੂਰ ਦੱਸਿਆ ਜੇ। ਹਾਂ ਬਰਾਬਰ ਆ ਜੇ ਸਾਡੇ ਵਿਚ ਆ। ਆ ਬਿਲਕੁਲ ਗੱਲ ਠੀਕ ਹੈ ਜਨਾਬ। ਜਿਹਨਾਂ ਮੁਕਾਬਲਾ ਕਰਨੇ ਤਾਂ ਮੀ ਆ ਜਿਹੜਾ ਟਾਈਮ ਦਿਲ ਕਰੇ। ਅੱਛਾ ਬਰੂਨੀਆ ਮੁਲਕਾਂ ਦੇ ਵਿੱਚੋਂ ਜਾਂ ਪਾਕਿਸਤਾਨ ਦੇ ਵਿੱਚ ਰਹਿਣ ਵਾਲੇ ਜਿਹੜੇ ਬੰਦੇ ਜਿਹੜੇ ਅਕਸਰ ਬਾਹਰ ਦੇ ਮੁਲਕਾਂ 'ਚ ਵੀ ਗਏ ਨੇ ਉਹ ਬੱਕਰੀਆਂ ਦੇ ਬੜੇ ਸ਼ਕੀਨ ਨੇ ਜਿਨ੍ਹਾਂ ਦੋਸਤਾਂ ਨੇ ਮੈਨੂੰ ਰਿਕੁਐਸਟ ਕੀਤੀ ਹੈ ਜੀ ਲਾਲੇ ਦੀ ਗਾਨੀਆਂ ਗਾਨੀਆਂ ਬਣਾਉਣੇ ਲਾਲੇ ਦੀ ਵੀਡੀਓ ਬਣਾਓ ਜੀ ਜੀ ਤੁਹਾਡੀ ਵੀਡੀਓ ਤਾਂ ਬਣਾਣਾ ਫਰਮਾਸ਼ੀ ਵੀਡੀਓ ਵੇ ਮੈਨੂੰ ਇੱਕ ਗੱਲ ਦੱਸੋ ਕਿ ਕੋਈ ਵੀ ਬੰਦਾ ਪਾਕਿਸਤਾਨ ਦੇ ਕਿਸੇ ਨੂੰ ਕਰੂ ਤੁਹਾਨੂੰ ਟੈਲੀਫੋਨ ਕਰੇ ਗਾਨੀਆਂ ਦੇ ਵਾਲੇ ਨਾਲ ਜੀ ਤੁਸੀਂ ਇਹਨੂੰ ਗਾਨੇ ਜੈਦ ਪੈਸੇ ਵਿੱਚ ਬਣਾ ਕੇ ਦੋ ਤਾਂ ਇਹ ਮਤਲਬ ਲੁੱਟੋ ਦਿਓ ਉਸ ਬੰਦੇ ਨੂੰ ਮੈਂ ਕਹਿੰਦਾ ਹਰ ਗਾਨੇ ਰੇਟ ਵਿੱਚ 500 ਕੱਢ ਦਿਆਂਗੇ ਵੈਰੀ ਗੁੱਡ ਨਾਰਮਲ ਗਾਨੇ ਕਿੰਨੇ ਦੇ ਬਣਾ ਕੇ ਦੇ ਰਹੇ ਹੋ ਨਾਰਮਲ ਗਾਨੀ 3500 ਦੀ 3000 ਦੀ 3500 3000 ਦੀ ਸਾਰਾ ਸਮਾਨ ਤੁਹਾਡਾ ਸਾਰੀ ਚੀਜ਼ ਮੁਕੰਮਲ ਮੇਰੀ ਠੀਕ ਹੈ ਜੀ ਤੇ ਜਿਹੜੀ ਅੱਛੀ ਗਾਨੀ ਆ ਜਿਹੜਾ ਫੁੱਲ ਇਹ ਕਿਥੋਂ ਲੈਂਦੇ ਹੋ ਇਹ ਫੁੱਲਾ 500 ਅੱਛਾ ਲਾਲਾ ਜੀ ਮੈਨੂੰ ਇਹ ਦੱਸੋ ਕਿ ਤੁਸੀਂ ਜਿਹੜਾ ਇਹ ਫੁੱਲ ਮੈਂ ਵੇਖ ਰਿਹਾ ਮਾਸ਼ਾਅੱਲਾ ਬੜਾ ਪਿਆਰਾ ਹੈ ਪਟੇ ਦੇ ਉੱਤੇ ਲੱਗਿਆ ਹੋਇਆ ਗਾਨੀ ਦੇ ਉੱਤੇ ਇਹ ਤੁਸੀਂ ਖੁਦ ਬਣਾਉਂਦੇ ਹੋ ਜਾਂ ਕਿਸੇ ਕੋਲੋਂ ਲੈਂਦੇ ਹੋ ਇਹ ਵਾਜਾ ਗਫਾਰ ਕੋਲ ਮੇਰੇ ਭਾਈ ਮੇਰਾ ਬੈਠੇ ਆਦੇ ਇੱਕ ਗਫਾਰ ਸਾਹਿਬ ਨੇ ਇੱਕ ਗਫਾਰ ਸਾਹਿਬ ਗਫਾਰ ਸਾਹਿਬ ਅਸਲਾਮੁਅਲੈਕਮ ਜੀ ਵਾਅਲੈਕਮੁਅਸਲਾਮ ਮਾਸ਼ਾਅੱਲਾ ਜੀ ਬੜਾ ਦਿਲ ਰਾਜ਼ੀ ਹੋਇਆ ਤੁਹਾਡੇ ਨਾਲ ਮੁਲਾਕਾਤ ਕਰਕੇ ਇਹ ਦੱਸੋ ਕਿ ਇਹ ਜਿਹੜਾ ਤੁਸੀਂ ਫੁੱਲ ਬਣਾਉਂਦੇ ਹੋ ਜੀ ਇਹ ਬੜੀ ਤੁਸੀਂ ਲੱਗਨ ਨਾਲ ਬਣਾਉਂਦੇ ਹੋ ਬੜਾ ਮਜ਼ਬੂਤ ਹੈ ਜੀ ਜੀ ਹਾਂ ਜੀ ਜੀ ਕਿਸੇ ਵੀ ਜਗ੍ਹਾ ਤੋਂ ਮੈਂ ਜਿਹੜਾ ਫੁੱਲ ਨਹੀਂ ਵੇਖਿਆ ਜੀ ਜੀ ਇਹਦੀ ਮਤਲਬ ਕੀ ਖਸੂਸੀਅਤ ਹੈ ਤੇ ਔਰ ਤੁਹਾਨੂੰ ਕਿਸ ਤਰ੍ਹਾਂ ਸ਼ੌਕ ਪਿਆ ਫੁੱਲ ਬਣਾਣੇ ਦਾ ਸਰ ਕਿਸੇ ਕੋ ਨਾ ਜਾਜ਼ ਖੁਦ ਹੀ ਸ਼ੋਕ ਪਾਇਦਾ ਖੁਦ ਹੀ ਜਾਸੀ ਹੈ ਖੁਦ ਬਣਾਨੇ ਆ ਜੀ ਤੇ ਫੁੱਲ ਪੀੜਾ ਬਣਦਾ ਡੇਢ ਤੋਂ 2 ਢਾਈ ਘੜੇ ਤਰਾਹ ਵੀ ਲੱਗ ਜਾਂਦੇ ਇੱਕ ਫੁੱਲ ਤਾਂ ਬਣਾਨੇ ਆ ਠੀਕ ਹੈ ਫੁੱਲ ਬੰਦੀ ਦਾ ਮਜ਼ਬੂਤ ਉਹ ਬਾਹਰੂ ਕੰਡਿਆਂ ਬੇਜਣਾ ਪਤਾਗਾ ਨਹੀਂ ਨਿਕਲ ਬੱਕਰੀ ਛੱਕੇ ਨਹੀਂ ਨਿਕਲ ਖਤਮ ਹੁੰਦਾ ਹੋ ਜੇਦਾ ਉਧੜਾ ਨਹੀਂ ਲਿਆ ਫੁੱਲ ਵੈਰੀ ਗੁੱਡ ਤੁਹਾਡੇ ਕੋਲ ਫੁੱਲ ਇੱਥੇ ਕੋ ਬਣਿਆ ਹੈ ਜੀ ਹੈ ਵਾਹ ਹਦਰਾ ਕਿਹੜਾ ਜਿਹਾ ਫੁੱਲ ਲਓ ਜੀ ਇਹ ਫੁੱਲੇ ਫੁੱਲ ਫਿਰ ਹੋ ਜੀ ਜ਼ਰਾ ਇੱਕ ਵਾਰੀ

ਅੱਛਾ ਜੀ ਇਹ ਜਿਹੜਾ ਤਾਰੇ ਇਸ਼ਾਰੇ ਵਿੱਚ ਪਾਉਂਦੇ ਹੋ ਇੱਕ ਸਪੈਸ਼ਲ ਤੁਹਾਡੀ ਇੱਕ ਮਾਰਗਾਰ ਘਰੀ ਹੈ ਤੁਹਾਡੀ ਹਾਂਜੀ ਆਮ ਇਹਨੂੰ ਤਾਂ ਫੁੱਲ ਬਣਾਣੇ ਮਤਲਬ ਤਾਰੇ ਬਣਾਣਾ ਡਿਜ਼ਾਈਨ ਬਣਾਣਾ ਬੜਾ ਮੁਸ਼ਕਲ ਕੰਮ ਹੈ ਇਹਦਾ ਮੁਸ਼ਕਲ ਕੋਈ ਨਹੀਂ ਸਮਝ ਵਾਲੇ ਬੰਦੇ ਬੜਾ ਮੁਸ਼ਕਲ ਕੋਈ ਨਾ ਸਮਝੋ ਤਾਂ ਹਰ ਕਿੱਕਣੇ ਕੰਮ ਆਇਆ ਕਿੱਕਣ ਬਾਅਦ ਠੀਕ ਹੈ ਤੁਸੀਂ ਇਹ ਫੁੱਲ ਬਣਾ ਕੇ ਇਹਨਾਂ ਨੂੰ ਦਿੰਦੇ ਹੋ ਇਹ ਗਾਨੀਆਂ ਦੇ ਉੱਤੇ ਲਾਂਦੇ ਨੇ ਤੁਸੀਂ ਇੱਕ ਫੁੱਲ ਕਿੰਨਾ ਦਾ ਬਣਾ ਕੇ ਦਿੰਦੇ ਹੋ 500 ਦਾ 500 ਰੁਪਏ ਦਾ ਇੱਕ ਤੁਸੀਂ ਫੁੱਲ ਬਣਾ ਕੇ ਦਿੰਦੇ ਹੋ ਪਹਿਲੇ ਬਣਾਉਂਦੇ ਹੋ ਜਾਂ ਪਹਿਲੇ ਪੈਸੇ ਲੈ ਕੇ ਅਡਵਾਂਸ ਬੁਕਿੰਗ ਕਰਦੇ ਹੋ ਇਹ ਬਣਾ ਕੇ ਰੱਖੀ ਹੁੰਦੇ ਨੇ ਜੀ ਅਡਵਾਂਸ ਤੇ ਉਹ ਦੇ ਸਕਦੇ ਕੋਈ ਬੰਦਾ ਤੁਹਾਨੂੰ ਟੈਲੀਫੋਨ ਕਰੇ ਉਹਨੂੰ ਭੋਲ ਦੇ ਛੱਡ ਦਿਓ ਬਿਲਕੁਲ ਜਾਂ ਉਹਨੂੰ ਭੇਜ ਸਕਦੇ ਹੋ ਕਿਸੇ ਵੀ ਗੱਡੀ ਤੇ ਟ੍ਰਾਂਸਫਰ ਮਤਲਬ ਟ੍ਰਾਂਸਪੋਰਟ ਜਾ ਰਹੀ ਉਹਦੇ ਸ਼ਹਿਰ ਚ ਉਹਨੂੰ ਭੇਜ ਦਿੰਦੇ ਹੋ ਤੇ ਡਿਲੀਵਰੀ ਕਰ ਦਿੰਦੇ ਹੋ ਹਾਂਜੀ ਜੀ ਤੁਹਾਨੂੰ ਅਗਰ ਪੈਸੇ ਭੇਜੇ ਤੇ ਜੀ ਠੀਕ ਹੋ ਗਿਆ ਜੀ ਅੱਛਾ ਮੈਨੂੰ ਇਹ ਲਾਲਾ ਜੀ ਗੱਲ ਦੱਸੋ ਕਿ ਅੱਜੜੀਆਂ ਮਾਤੇ ਖਸੂਸੀ ਤੌਰ ਤੇ ਕੋਈ ਤੁਸੀਂ ਪੈਗਾਮ ਦੇਣਾ ਚਾਹੁੰਦੇ ਹੋ ਤੇ ਦਿਓ ਹਾਂਜੀ ਬਾਅਸੇ ਜਿਹੜਾ ਤੇਮ ਦਿਲ ਕਰੇ ਆ ਜਾਣ ਮੈਂ ਗਾਨੀਆਂ ਬਣਾ ਕੇ ਨੌਕਰਾਂ ਦੇਣ ਤਿਆਰ ਆ ਠੀਕ ਹੈ ਜੀ ਪਰ ਖਾਰ ਆਉਣੇ ਦੀ ਕੋਈ ਲੋੜ ਨਹੀਂ ਸਿੱਧਾ ਖਾਰੀਆਂ ਸਤਾਰਪੁਰਾ ਮਹੱਲਾ ਜੀ ਉੱਥੇ ਆ ਜਾ ਮੈਂ ਇਨਸ਼ਾ ਅੱਲਾਹ ਤਾਕਤ ਹੋ ਰਹਿ ਜਿਸ ਤਰ੍ਹਾਂ ਕੋ ਕਰ ਲਾਂ ਜਿਸ ਤਰ੍ਹਾਂ ਕੋ ਕਰ ਲੋਦੇ ਬੱਕਰੀਆਂ ਬੱਕਰੀਆਂ ਦੀਆਂ ਗਾਨੀਆਂ ਬੰਦਿਆਂ ਨੂੰ ਬਣਾਉਂ ਬੱਕਰੀਆਂ ਨਾ ਲਵਾ ਬੱਕਰੀਆਂ ਮੰਗੋ ਮੈਦ ਬਣਾਉਂਦੇ ਕੋਈ ਬੰਦੇ ਅਕਸਰ ਜਗ੍ਹਾ ਤੇ ਆ ਆਦੇ ਨੇ ਜਨਾਬ ਸਾਡੇ ਕੋਲ ਜੜੀਆਂ ਗਾਨੀਆਂ ਨੇ ਇਹ ਵੀ ਮਤਲਬ ਖਾਰੀਆਂ ਦੀਆਂ ਨੇ ਸਾਡੇ ਕੋਲ ਤੁਸੀਂ ਲੈ ਲਓ ਤੋ ਤੁਸੀਂ ਇਹਦੇ ਮਤਲਬ ਕੀ ਕਹਿਣਾ ਚਾਹਦੇ ਉਹਨਾਂ ਨੂੰ ਉਹਨਾਂ ਕੋ ਲੈ ਲੈਣੀਆਂ ਤੁਹਾਡੇ ਨਾਲ ਰਾਬਤਾ ਕਰਨ ਮੇਰੇ ਨਾਲ ਕਰੋ ਰਾਬਤਾ ਯਾਨੀ ਕਿ ਉਹਨਾਂ ਬੰਦਿਆਂ ਕੇ ਫਸਣ ਦੀ ਲੋੜ ਕੋਈ ਨਹੀਂ ਲੋੜ ਇਹ ਲਟੇਰੇ ਨੇ ਲੁੱਟ ਲੈਣ ਦੇ ਠੀਕ ਹੈ ਯਾਨੀ ਕਿ ਲਟੇਰਿਆਂ ਤੋਂ ਬਚਣ ਬਚਣ ਠੀਕ ਹੈ ਬਿਲਕੁਲ ਤੁਹਾਡਾ ਕੋ ਵਟਸਐਪ ਨੰਬਰ ਹੈ ਵਟਸਐਪ WhatsApp ਕੋਨੇ ਸਾਦਮਵਾਲ ਦਾ ਨੰਬਰ ਹੈ ਜੇ ਬੋਲੋ ਕੀ ਨੰਬਰ ਜੇ 0347 0347 5592 5592 728 728 ਇਹ ਤਾਂ ਹੋ ਗਿਆ ਲਾਲ ਲਿਆਕਤ ਉਰਫ ਦਿੱਤੂ ਸਾਹਿਬ ਦਾ ਨੰਬਰ ਹੈ ਇਹ ਦੱਸੋ ਕਿ ਫੁੱਲਾਂਾਂ ਵਾਂ ਤੇ ਅਗਰ ਬੰਦਾ ਤੁਹਾਡੇ ਨਾਲ ਕੋ ਰਾਬਤਾ ਕਰਨਾ ਚਾਹੇ ਆਪਣਾ ਨੰਬਰ ਬੋਲੋ ਹਾਂ 0348 0348 1846 1846 735 735 ਪਹਿਲੇ ਤੁਹਾਡਾ WhatsApp ਬਣਿਆ ਨਹੀਂ ਨਹੀਂ ਤੁਹਾਡਾ ਕੋਈ WhatsApp ਨਹੀਂ ਬਣਿਆ ਨੰਬਰ ਸਾਦਾ ਹੀ ਮੋਬਾਈਲ ਲਓ ਜੀ ਗੱਲ ਇੰਜੇ ਵੇ ਇਹਨਾਂ ਦੋਸਤਾਂ ਕੋਲੇ ਬਿਲਕੁਲ ਸਾਦਾ ਲੋ ਇਨਸਾਨ ਕਿਸਾਨ ਨੇ ਮਾਸ਼ਾਅੱਲਾ ਔਰ ਬੜੇ ਹੀ ਪਿਆਰ ਦੇ ਨਾਲ ਇਹ ਗਾਣੀਆਂ ਬਣਾਉਣ ਵਾਲੇ ਨੇ ਇਹਨਾਂ ਕੋਲੇ WhatsApp ਕੋਈ ਨੰਬਰ ਨਹੀਂ ਹੈ ਵੀ ਸਾਦੇ ਮੋਬਾਈਲ ਚਲਾਣੇ ਵਾਲੇ ਨੇ ਕਿਉਂਕਿ ਕਹਿੰਦੇ ਨੇ ਸਾਨੂੰ ਸਮਝ ਕੋ ਨਹੀਂ ਇਹਨਾਂ ਗੱਲਾਂ ਦੀ ਅਗਰ ਕਿਸੇ ਭਰਾ ਨੇ ਵੀ ਰਾਬਤਾ ਕਰਨਾ ਤੇ ਡਾਇਰੈਕਟ ਫੋਨ ਤੇ ਨਾ ਕਰਨਾ ਗਾਣੀਆਂ ਮੈਂ ਬਣਾਉਂਦਿਆਂ ਦੀਆਂ ਵੀਡੀਓ ਮਤਲਬ ਤੋਂ ਇਹਨਾਂ ਦੀ ਚਲਾ ਦਿੱਤੀ ਏ ਇਹਨਾਂ ਨੂੰ ਵਿਖਾ ਰਿਹਾ ਤੁਹਾਨੂੰ ਮੈਂ ਮਜੀਦ ਬੱਕਰੀਆਂ ਦੇ ਗਾਲ ਵੀ ਗਾਣੀਆਂ ਤੁਹਾਨੂੰ ਵਿਖਾ ਛੜੀਆਂ ਨੇ ਮਜੀਦ ਇਹਨਾਂ ਨਾਲ ਤਹਿਕੀਕ ਕਰਨ ਦੀ ਲੋੜ ਨਹੀਂ ਇਹਨਾਂ ਨੂੰ ਆਪਣਾ ਨੰਬਰ ਦਿਓ ਆਪਣੇ ਪੈਸੇ ਘੱਲੋ ਇਹਨਾਂ ਨੂੰ ਇਹ ਤੁਹਾਨੂੰ ਗਾਨੀਆਂ ਬਣਾ ਦੇਣ ਦੇ ਇਹਦੇ ਨਾਲ ਹੀ ਆਪਣੇ ਮੇਜ਼ਬਾਨ ਮਲਕ ਫਿਆਜ਼ گور ਨੂੰ ਆਪਣੀਆਂ ਦੁਆਵਾਂ ਦੇ ਨਾਲ ਇਜਾਜ਼ਤ ਦਿਓ ਫੀਮਨੁਲਾ ਪਾਕਿਸਤਾਨ ਜ਼ਿੰਦਾਬਾਦ